ਬਚੰਦ ਕੌਰ ਦਾ ਨੋਵਲ ਹੈ ਦ ਲਾਸਟ ਪੇਜ ਚੈਪਟਰ ਪਹਿਲਾ ਚਰਨਜੀਤ ਰਾਮ ਸਿੰਘ ਦੇ ਪੂਰਾ ਹੋਣ ਤੋਂ 2 ਘੰਟੇ ਪਿੱਛੋਂ ਹਸਪਤਾਲ ਪਹੁੰਚਿਆ ਜਦੋਂ ਤੱਕ ਤਾਂ ਰਾਮ ਸਿੰਘ ਦੀ ਬੋਡੀ ਨੂੰ ਮੋਰਚਰੀ ਵਿੱਚ ਵੀ ਰੱਖਿਆ ਜਾ ਚੁੱਕਿਆ ਸੀ ਇਸ ਸਭ ਮਿੰਟਾਂ 'ਚ ਕੀ ਪਾਣਾ ਵਰਤ ਗਿਆ ਅਜੇ ਸਵੇਰੇ 7 ਵਜੇ ਤਾਂ ਪਿਓ ਪੁੱਤਰ ਦੋਹਾਂ ਨੇ ਬਾਹਰ ਘਾਹ ਤੇ ਬੈਠ ਕੇ ਇਕੱਠਿਆਂ ਚਾਹ ਪੀਤੀ ਸੀ ਨਾ ਕੋਈ ਦੁੱਖ ਨਾ ਤਕਲੀਫ 9 ਵਜੇ ਦੇ ਨੂੰ ਰਾਮ ਸਿੰਘ ਦੀ ਠੰਡੀ ਠਾਰ ਲਾਸ਼ ਸੇਂਟ ਸਟੀਫਨ ਹਸਪਤਾਲ ਦੀ ਮੋਰਚਰੀ 'ਚ ਵੀ ਪਹੁੰਚ ਗਈ ਤੇ ਡੈਥ ਸਰਟੀਫਿਕੇਟ ਲੈਣ ਪੇਚੋਂ ਦਿੱਲੀ ਰਹਿੰਦੀਆਂ ਦੋਹਾਂ ਭੈਣਾਂ ਕੁਲਵਿੰਦਰ ਤੇ ਜਸਵਿੰਦਰ ਨੂੰ ਪਿਓ ਦੀ ਅਚਾਨਕ ਹੋਈ ਇਸ ਮੌਤ ਬਾਰੇ ਟੈਲੀਫੋਨ 'ਤੇ ਦੱਸ ਵੀ ਦਿੱਤਾ ਗਿਆ ਸੀ ਦਿੱਲੀ ਦੀ ਅਮਰੀਕਨ ਐਮਬੈਸੀ ਨੂੰ ਡੈਥ ਸਰਟੀਫਿਕੇਟ ਦੀ ਕਾਪੀ ਫੈਕਸ ਰਾਹੀਂ ਭੇਜ ਦਿੱਤੀ ਗਈ ਤਾਂ ਕਿ ਸਵੇਰ ਹੁੰਦਿਆਂ ਹੀ ਦੋਹਾਂ ਭੈਣਾਂ ਨੂੰ ਅਮਰੀਕਾ ਦਾ ਵੀਜ਼ਾ ਮਿਲ ਸਕੇ ਮੌਤ ਤੋਂ ਚੌਥੇ ਦਿਨ ਪਿਛੋਂ ਬੇਬੇ ਰਾਮਕੌਰ ਸਮੇਤ ਦੋਵੇਂ ਧੀਆ ਰੁੰਦੀਆਂ ਕੁਰਲਾਉਂਦੀਆਂ ਲਾਸ ਏਂਜਲਸ ਪੁੱਜ ਗਈਆਂ ਅਗੋ ਚਰਨਜੀਤ ਨੂੰ ਮੋਹਰੇ ਖੜਾ ਦੇਖ ਜਿਵੇਂ ਬੇਬੇ ਦੀਆਂ ਪੁੱਭਾਂ ਨਿਕਲ ਗਈਆਂ ਬੇਪੁੱਤ ਐਨੇ ਚ ਕੀ ਬੇਜਾ ਪਈ ਤੇਰੇ ਪਿਓ ਤੇ ਅਜੇ ਪਿਛਲੇ ਐਤਵਾਰ ਤਾਂ ਮੈਂ ਚੰਗੇ ਭਲੇ ਨੂੰ ਛੱਡ ਕੇ ਇੰਡੀਆ ਗਈ ਸੀ ਅਜੇ ਤਾਂ ਪੂਰਾ ਸਾਤਾ ਵੀ ਨਹੀਂ ਹੋਇਆ ਇਹਨਾਂ ਕਹਿੰਦੀ ਹੋਈ ਰਾਮਕੌਰ ਪੁੱਤ ਦੇ ਗਲ ਨਾਲ ਲੱਗ ਜਾ ਰੋ ਜਾ ਰੋਣ ਲੱਗੀ ਦੋਵੇਂ ਭੈਣ ਭੈਣਾ ਵੀ ਭਰਾ ਨੂੰ ਦੇਖ ਆਪਣੇ ਅਥਰੂ ਨਾ ਰੋਕ ਸਕੀਆਂ ਥੋੜੇ ਚਿਰ ਲਈ ਤਾਂ ਐਲ.ਏ. 에어ਪੋਰਟ ਉੱਤੇ ਆਪਣੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੀ ਉਡੀਕ 'ਚ ਖੜੇ ਲੋਕ ਵੀ ਇਸ ਸੋਗ ਭਰੇ ਅਦਰਿਸ਼ ਵੇਖ ਜਿਵੇਂ ਗਮ ਸਮਝੇ ਹੋ ਗਏ। ਹੁਣ ਚਰਨਜੀਤ ਵੀ ਵਾਰੋ-ਵਾਰੀ ਦੋਆ ਪੈਣਾ ਦੇ ਗਲ ਲਾ ਕੇ ਰੋਂਦਾ ਜਿਵੇਂ ਚੱਲਿਆ ਨਹੀਂ ਸੀ ਜਾਂਦਾ। ਮਾਂ ਪਿਓ ਵਰਗੀ ਪਿਆਰੀ ਸ਼ੈ ਇਸ ਜੱਗ ਉੱਤੇ ਦੂਜੀ ਕੋਈ ਨਹੀਂ। ਰਾਮ ਸਿੰਘ ਨੂੰ ਮਰਿਆ ਕਈ ਦਿਨ ਹੋ ਗਏ ਸਨ। ਚਰਨਜੀਤ ਦਾ ਸਾਰਾ ਦੁੱਖ ਜਿਵੇਂ ਅੱਜ ਅੱਥਰੂਆਂ ਰਹੀਂ ਬਾਹਰ ਬਹਿ ਆਇਆ ਸੀ। ਹੁਣ ਤੋਂ ਪਹਿਲਾਂ ਇਹ ਅਚਾਨਕ ਹੋਈ ਮੌਤ ਨਹੀਂ ਚਰਨਜੀਤ ਨੂੰ ਪੱਥਰ ਬਣਾਤਾ ਸੀ ਨਾ ਉਹ ਪਿਛਲੀਆਂ ਤਿੰਨ ਰਾਤਾਂ ਤੋਂ ਬਿੰਦ ਪਰ ਲਈ ਸੁੱਤਾ ਹੀ ਸੀ ਤੇ ਨਾ ਉਹਦੀ ਅੱਖ ਚੋਂ ਕੋਈ ਹੰਝੂ ਹੀ ਵਗਿਆ ਸੀ ਕੈਨੇਡਾ ਤੋਂ ਆਈ ਚਰਨਜੀਤ ਦੀ ਸੱਸ ਸੁਰਜੀਤ ਕੌਰ ਮਾਮਾ ਗੁਰਦਿਆਲ ਸਿੰਘ ਮਾਸੀ ਛਿੰਦਰ ਸਾਰੇ ਤਾਂ ਚਰਨਜੀਤ ਨੂੰ ਇਓ ਪੱਥਰ ਬਣਿਆ ਦੇਖ ਪਰੇਸ਼ਾਨ ਹੋ ਰਹੇ ਸੀ ਜੇ ਮੁੰਡਾ ਨਾ ਰੋਇਆ ਤਾਂ ਕੁਝ ਵੀ ਮਾੜਾ ਵਾਪਰ ਸਕਦਾ ਹੈ ਮਾਮੇ ਗੁਰਦਿਆਲ ਦੀ ਚਿੰਤਾ ਲਗਾਤਾਰ ਬਣੀ ਹੋਈ ਸੀ ਮਾਸੀ ਨੇ ਭਾਂਦੇ ਨੂੰ ਰੋਣ ਲਈ ਬਥੇਰੇ ਵਹਿਣ ਪਾਏ ਅੰਦਰ ਵੜ ਕੇ ਉਹਦੇ ਸਾਹਮਣੇ ਆਪਣਾ ਮੱਥਾ ਪੇਟਿਆ ਛਾਤੀ ਪੇਟੀ ਪਰ ਨਾ ਚਰਨਜੀਤ ਜੱਜ ਮੇ ਪਿਓ ਦੀ ਇਸ ਹਾਰਟ ਅਟੈਕ ਨਾਲ ਅਚੇਤ ਹੋਈ ਮੌਤ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ ਰਾਮ ਸਿੰਘ ਦੀ ਮੌਤ ਤੋਂ ਦੂਜੇ ਦਿਨ ਚਰਨਜੀਤ ਨੂੰ ਕਾਈਜ਼ਰ ਮਤਲਬ ਹਸਪਤਾਲ ਚ ਦਾਖਲ ਕਰਾਇਆ ਗਿਆ ਸਾਰੀ ਰਾਤ ਉਹਦਾ ਮਾਮਾ ਗੁਰਦਿਆਲ ਸਿੰਘ ਉਹਦੀ ਸਿਹਤ ਲਈ ਵੈਗਰੂ ਮੋਰੇ ਅਰਦਾਸ ਕਰਦਾ ਥੱਕ ਗਿਆ ਮੁੰਡੇ ਦੀ ਅੱਖ ਗਿੱਲੀ ਨਾ ਹੋਈ ਪਰ ਹੁਣ ਉਹਨੋਂ ਭੈਣਾ ਤੇ ਮਾਂ ਦੇ ਗਲ ਲੱਗ ਫੁੱਟ ਫੁੱਟ ਕੇ ਰੋ ਰਿਆ ਸੀ ਕਹਿੰਦੇ ਐ ਰੋਇਆ ਵੀ ਉੱਥੇ ਜਾਂਦਾ ਜਿੱਥੇ ਬੰਦੇ ਦੇ ਦੁੱਖ ਦਰਦ ਦਾ ਕੋਈ ਸਾਂਝੀ ਹੋਵੇ ਘਰ ਪਹੁੰਚੇ ਤਾਂ ਜੈਕੀ ਕੁੱਤੇ ਨੇ ਹੌਲੀ ਹੌਲੀ ਪੰਕਣ ਲੱਗਿਆ ਪਰ ਫਿਰ RAMKUR ਨੂੰ ਸੁੰਘਦਾ ਜਿਵੇਂ ਸਭ ਸਮਝ ਗਿਆ ਦੋਹਾਂ ਕੁੜੀਆਂ ਨੂੰ ਵੀ ਉਹਨੇ ਚੁੱਪਚਾਪ ਅੰਦਰ ਲੰਘਣ ਦਿੱਤਾ ਜੈਕੀ ਇਸ ਘਰ ਦਾ ਬਹੁਤ ਸਮਝਦਾਰ ਤੇ ਵਫਾਦਾਰ ਸੇਵਕ ਸੀ ਅੰਦਰ ਲੰਘਣਸਾਰ ਰੋਣ ਕੁਰਲਾਉਣ ਦੀਆਂ ਕਿੰਨੀਆਂ ਹੀ ਆਵਾਜ਼ਾਂ ਨੂੰ ਅਲੱਗ-ਅਲੱਗ ਕਰਕੇ ਪਛਾਣ ਨਾ ਸਕਿਆ ਸ਼ਾਇਦ ਇਸ ਵੇਲੇ ਅੰਦਰ ਲੰਗੇ ਸਾਰੇ ਬੰਦਿਆਂ ਦਾ ਦੁੱਖ ਇੱਕੋ ਹੀ ਸੀ ਰਾਮ ਸਿੰਘ ਦੀ ਅਚਾਨਕ ਹੋਈ ਮੌਤ ਦਾ ਵਿਛੋੜਾ ਜੋ ਬਹੁਤ ਦੁਖਦਈ ਸੀ ਜਿਹਨੂੰ ਰਾਮਕੁਰ ਤੇ ਦੋਵੇਂ ਧੀਆ ਤੋਂ ਛੱਲਿਆ ਨਹੀਂ ਸੀ ਜਾ ਰਿਹਾ ਉਹ ਬੌੜੀਆਂ ਪਾ ਪਾ ਕੇ ਰੋ ਰਹੀਆਂ ਸਨ ਕੈਨੇਡਾ ਦੇ ਸ਼ਹਿਰ ਵੈਂਕੂਵਰ ਤੋਂ ਆਇਆ ਚਰਨਜੀਤ ਦਾ ਮਾਮਾ ਗੁਰਦੇয়াল ਤੇ ਮਾਸੀ ਸ਼ਿੰਦਰੋ ਆਪਣੇ ਜੀਜੇ ਦੀ ਇਸ ਬੇਵਕਤ ਹੋਈ ਮੌਤ ਉੱਤੇ ਲਹੂ ਦੇ ਹੰਝੂ ਰੋ ਰਹੇ ਸਨ ਰਾਮ ਸਿੰਘ ਬਹੁਤ ਪਿਆਰਾ ਇਨਸਾਨ ਸੀ ਸਭ ਉਹਦਾ ਬਹੁਤ ਸਤਿਕਾਰ ਕਰਦੇ ਸੀ ਉਹ ਦੁੱਖ ਸੁੱਖ ਚ ਸਾਰਿਆਂ ਦੇ ਕੰਮ ਆਉਣ ਵਾਲਾ ਸ਼ਖਸ ਸੀ ਰਾਮਕਰ ਨੂੰ ਉਹਨੇ ਫੁੱਲਾਂ ਵਾਂਗ ਰੱਖਿਆ ਸੀ ਇੱਥੇ ਲਾਸ ਏਂਜਲ ਆਇਆ ਰਾਮ ਸਿੰਘ ਨੂੰ ਪੂਰੇ 5 ਸਾਲ ਹੋ ਗਏ ਉਹਨੂੰ ਵਰਕ ਪਰਮਿਟ ਮਿਲ ਚੁੱਕਿਆ ਸੀ ਗ੍ਰੀਨ ਕਾਰਡ ਵਾਸਤੇ ਇੰਟਰਵਿਊ ਅੱਜ ਕੱਲ ਵਿੱਚ ਹੀ ਆਉਣ ਦੀ ਉਡੀਕ ਸੀ ਫਿਰ ਉਹਨੇ ਪੱਕੇ ਪੈਰੀ ਹੋ ਜਾਣਾ ਸੀ ਤੇ ਗ੍ਰੀਨ ਕਾਰਡ ਮਿਲਦੇ ਆ ਸਾਰੇ ਉਹ ਰਾਮਕਰ ਲਈ ਪੇਪਰ ਭਰ ਸਕਦਾ ਸੀ ਭਰਜੀ ਉਸ ਕੋਲ 5 ਸਾਲਾਂ ਦਾ ਵਿਜ਼ਿਟਰ ਵੀਜ਼ਾ ਸੀ ਜਿਸ ਕਰਕੇ ਉਹ 6 ਮਹੀਨੇ ਅਮਰੀਕਾ ਰਹਿ ਕੇ ਪਿੱਛੋਂ ਮਹੀਨੇ 2 ਮਹੀਨੇ ਲਈ ਇੰਡੀਆ ਮੁੜ ਜਾਂਦੀ ਸੀ ਕਿਉਂਕਿ ਵਿਜ਼ਿਟਰ ਵੀਜ਼ੇ ਉੱਤੇ ਉਹ 6 ਮਹੀਨੇ ਤੋਂ ਬਾਅਦ ਅਮਰੀਕਾ 'ਚ ਨਹੀਂ ਸੀ ਰਹਿ ਸਕਦੀ ਜਿਹੜੇ 6 ਮਹੀਨੇ ਉਹ ਰਾਮ ਸਿੰਘ ਕੋਲ ਰਹਿੰਦੀ ਰਾਮ ਸਿੰਘ ਦੇ ਦਿਨ ਜਿਵੇਂ ਘੜੀਆਂ ਪਲਾਂ 'ਚ ਗੁਜ਼ਰ ਜਾਂਦੇ ਬਹੁਤੇ ਮੁੰਡਾ ਸਵੇਰੇ 7 ਵਜੇ ਦੇ ਅਨਸਾਰ ਆਪਣੇ ਆਪਣੇ ਕੰਮਾਂ ਤੇ ਤੁਰ ਜਾਂਦੇ ਬੱਚਿਆਂ ਨੂੰ ਚਰਨਜੀਤ ਸਟੋਰ ਤੇ ਜਾਂਦਾ ਹੋਇਆ ਹੀ ਉਹਨਾਂ ਦੇ ਟੈਪਾਂ ਸਟਰੀਟ ਉੱਤੇ ਪੰਦੇ ਸਕੂਲ 'ਚ ਛੱਡ ਜਾਂਦਾ। ਮਗਰੋਂ ਰਾਮਕੌਰ ਰਾਮ ਸਿੰਘ ਲਈ ਉਹਦੇ ਮਨਪਸੰਦ ਦਾਣਾਸ਼ਤਾ ਤਿਆਰ ਕਰਦੀ। ਕਦੇ ਵੇਸਣ ਪਾਕੀ ਪਿਆਜ਼ ਵਾਲੀ ਮਿੱਸੀ ਰੋਟੀ, ਕਦੇ ਆਲੂ ਦੇ ਪਰੌਂਠੇ, ਕਦੇ ਮੂਲੀ ਵਾਲੀ ਰੋਟੀ। ਘਰ 'ਚ ਰਾਮ ਸਿੰਘ ਤੇ ਰਾਮਕੌਰ ਨੇ ਹੀ ਨਾਸ਼ਤੇ 'ਚ ਰੋਟੀ ਖਾਣੀ ਹੁੰਦੀ ਸੀ। ਬੱਚਿਆਂ ਨੂੰ ਨਾਸ਼ਤਾ ਸਕੂਲ 'ਈ ਮਿਲਦਾ ਸੀ। ਚਰਨਜੀਤ ਦਾ ਘਰੋਂ ਖਾਲੀ ਚਾਹ ਨਾਲ ਸਿਰਫ ਬਿਸਕੁਟ ਹੀ ਲੈਂਦਾ ਸੀ। ਬਾਕੀ ਉਹ 10 ਵਜੇ ਦੇ ਕਰੀਬ ਸਟੋਰ ਉੱਤੇ ਹੀ ਆਪਣੀ ਪਸੰਦ ਦਾ ਨਾਸ਼ਤਾ ਕਰਦਾ। ਉਹਦੇ ਸਟੋਰ ਦੇ ਨਾਲ ਹੀ ਇੰਡੀਆ ਸਵੀਟ ਹਾਊਸ ਸੀ ਜਿੱਥੇ ਭਾਂਤ ਭਾਂ ਦੇ ਨਾਸ਼ਤੇ ਮਿਲਦੇ ਸੀ ਚਾਈਨੀ ਜਪਾਨੀ ਸਪੈਨਿਸ਼ ਇੰਡੀਅਨ ਭਾਵੇਂ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਘਰ ਦੀ ਰੋਟੀ ਤਾਂ ਸਵੇਰੇ ਸ਼ਾਮ ਰਾਮਕੁਰ ਤੇ ਰਾਮਸੀਓ ਹੀ ਖਾਂਦੇ ਸੀ ਹਾਂ ਰਾਤ ਦੀ ਰੋਟੀ ਚਰਨਜੀਤ ਵੀ ਘਰੇ ਹੀ ਖਾਂਦਾ ਉਹਦੀ ਬਹੂ ਮਨਿੰਦਰ ਤਾਂ ਘਟ ਵੱਧੀ ਇੰਡੀਅਨ ਫੂਡ ਖਾਂਦੀ ਸੀ ਉਹ ਘਰ ਨੂੰ ਮੁੜਦੀ ਹੋਈ ਅਕਸਰ ਪੀਜ਼ਾ ਸੈਂਡਵਿਚਸ ਬ੍ਰਿਟੋ ਮਤਲਬ ਸਪੈਨਿਸ਼ ਰੋਟੀ ਆਧਾ ਆਪਣਾ ਤੇ ਬੱਚਿਆਂ ਦਾ ਖਾਣਾ ਬਾਹਰੋਂ ਹੀ ਲੈ ਕੇ ਆਉਂਦੀ। ਮਨਿੰਦਰ ਨੇ ਟ੍ਰੰਟ ਤੋਂ ਰਾਮ ਸਿੰਘ ਦੀ ਮਰਗਤ ਤੇ ਆਈ ਆਪਣੀ ਮਾਂ ਨੂੰ ਦੱਸਿਆ ਵੀ ਜਿਸ ਦਿਨ ਪਾਪਾ ਦੀ ਮੌਤ ਹੋਈ, ਨਾਸ਼ਤੇ ਲਈ ਉਹਨੇ ਖੁਦ ਹੀ ਆਪਣੇ ਹੱਥੀਂ ਖਿਚੜੀ ਬਣਾਈ ਸੀ। ਪਰ ਬਣੀ ਬਣਾਈ ਰਹਿ ਗਈ। ਰੱਬ ਦੇ ਫਰਿਸ਼ਤੇ ਮਿੰਟਾਂ ਜਿਹਾ ਆਏ, ਉਹਨੂੰ ਜਿਵੇਂ ਉਂਗਲੀ ਲਾ ਕੇ ਲੈ ਗਏ। ਉਹ ਖੁਦ ਰਸੋਈ 'ਚ ਖੜੀ ਬੱਚਿਆਂ ਲਈ ਦੁੱਧ ਗਰਮ ਕਰ ਰਹੀ ਸੀ। ਮਨਿੰਦਰ ਨੇ ਦੱਸਿਆ ਬੱਚਿਆਂ ਦੀ ਉਸ ਦਿਨ 28 ਨਵੰਬਰ 1996 ਨੂੰ ਥੈਂਕਸ giving ਦਿਨ ਦੀ ਛੁੱਟੀ ਸੀ ਤੇ ਮੈਂ ਬੱਚਿਆਂ ਸਮੇਤ ਉਸ ਦਿਨ ਘਰ ਸੀ ਸੀ ਪਾਪਾ ਨੂੰ ਮਿੰਟਾਂ ਚ ਹੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਆਪਣੇ ਬੈੱਡਰੂਮ ਚ ਬੱਚਿਆਂ ਨਾਲ ਬੈਠੇ ਟੀਵੀ ਦੇਖਦੇ ਦੇਖਦੇ ਪਲਾਂ ਚ ਹੀ ਚਲੇ ਗਏ ਸਾਨੂੰ ਕਿਸੇ ਨੂੰ ਕੁਝ ਵੀ ਸਮਝ ਨਹੀਂ ਆਇਆ ਬਸ ਲੱਤ ਤੇ ਲੱਤ ਰਹੀ ਆਪਣੇ ਬੈੱਡ ਤੇ ਲੇਟੇ ਲੇਟੇ ਚਲੇ ਗਏ ਨਹਾਇ ਕੀਤੀ ਨਾ ਤੌਬਾ ਬੱਚਿਆਂ ਨੇ ਆ ਕੇ ਰਸੋਈ ਚ ਮੈਨੂੰ ਦੱਸਿਆ ਮੰਮੀ ਵੱਡੇ ਪਾਪਾ ਨੂੰ ਕੁਝ ਹੋ ਗਿਆ ਹੈ ਉਹਦੇ ਮੂੰਹ ਦੇ ਇੱਕ ਪਾਸਿਓਂ ਪਾਣੀ ਨਿਕਲ ਰਿਹਾ ਆ ਕੇ ਛੇਤੀ ਦੇਖੋ ਮੈਨੂੰ ਬੱਚਿਆਂ ਦੀ ਗੱਲ ਦਾ ਜਿਵੇਂ ਯਕੀਨ ਹੀ ਨਾ ਆਇਆ ਮੈਂ ਦੁੱਧ ਨੂੰ ਉਬਾਲਾ ਦੇਣ ਪਿੱਛੋਂ ਸੋਨੂ ਮੋਨੂ ਲਈ ਦੁੱਧ ਦੇ ਗਲਾਸ ਲੈ ਕੇ ਜਾਂਦ ਅੰਦਰ ਗਈ ਤਾਂ ਮੋਨੂ ਉਹਨਾਂ ਨੂੰ ਬਾਹੋਂ ਫੜ ਫੜ ਉਠਾ ਰਿਆ ਸੀ ਤੇ ਬਾਹ ਬਾਰ ਬਾਰ ਮਿੱਟੀ ਦੀ ਮਿੱਟੀ ਬਣੀ ਡਿਗ ਰਹੀ ਸੀ ਪਿੱਛੋਂ ਮੈਂ ਬਥੇਰੀਆਂ ਆਵਾਜ਼ਾਂ ਮਾਰੀਆਂ ਪਪਾ 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 ਉਠੋ ਪਰ ਪਪਾ ਤਾਂ ਉੱਥੇ ਹੈ ਹੀ ਨਹੀਂ ਸੀ 911 ਵਾਲਿਆਂ ਨੂੰ ਫੋਨ ਕੀਤਾ ਉਹ ਮਿੰਟਾਂ ਜੀ ਪਹੁੰਚ ਗਏ ਬਥੇਰਾ ਸੀਪੀਆਰ ਦਿੰਦੇ ਰਹੇ ਕਾਫੀ ਚਿਰ ਤੱਕ ਫਿਰ ਹਸਪਤਾਲ ਲਿਜਾ ਕੇ ਡਾਕਟਰਾਂ ਨੇ ਆਪਣੀ ਪੂਰੀ ਵਾਹ ਲਾਈ ਪਰ ਨਾ ਆਖਰ ਅੱਧੇ ਘੰਟੇ ਪਿਛੋਂ ਬਾਹਰ ਆ ਕੇ ਡਾਕਟਰਾਂ ਨੇ ਸਾਨੂੰ ਕਹਿ ਦਿੱਤਾ ਹੀ ਇਜ਼ ਨੋ ਮੋਰ ਮੈਂ ਚਰਨਜੀਤ ਦੇ ਸਟੋਰ ਤੇ ਫੋਨ ਕੀਤਾ ਉਹ ਇਹ ਗੱਲ ਮੰਨਣ ਨੂੰ ਕੋਈ ਤਿਆਰ ਨਹੀਂ ਸੀ ਸਵੇਰੇ ਤਾਂ ਪਾਪਾ ਮੇਰੇ ਨਾਲ ਬੈਠੇ 7 ਵਜੇ ਚਾਹ ਪੀ ਰਹੇ ਸੀ ਮਨਿੰਦਰ ਦੀ ਗੱਲ ਦਾ ਚਰਨਜੀਤ ਨੂੰ ਜਿਵੇਂ ਪੂਰਾ ਯਕੀਨ ਨਹੀਂ ਸੀ ਆ ਰਿਹਾ ਉਹਨੇ ਰਾਤ ਦੀ ਡਿਊਟੀ ਵਾਲੇ ਪੱਪੂ ਨੂੰ ਉਹਦੇ ਘਰ ਫੋਨ ਕਰਕੇ ਸਾਰੀ ਘਟਨਾ ਦੱਸੀ ਤੇ ਉਹਨੂੰ ਫੌਰਨ ਸਟੋਰ ਤੇ ਆਉਣ ਲਈ ਕਿਹਾ ਮਨੰਦਰ ਇਹ ਸਭ ਗੱਲਾਂ ਆਪਣੀ ਆਪਣੀਆਂ ਇੰਡੀਆ ਤੋਂ ਆਈਆਂ ਨਣਦਾਂ ਦੇ ਗੱਲ ਲੱਗਣ ਪਿੱਛੋਂ ਸੁਣਾ ਰਹੀ ਸੀ। ਰਾਮਕੁਰ ਦੇ ਗੱਲ ਕਿਉਂ ਨਹੀਂ ਲੱਗੀ ਇਹ ਗੱਲ ਕਿਸੇ ਦੇ ਵੀ ਸਮਝ ਤੋਂ ਬਾਹਰ ਸੀ। ਡਰਾਈング ਰੂਮ 'ਚ ਕੁੰਝਾਂ ਵਾਂਗ ਘਰ ਲਾਉਂਦੀਆਂ ਦੋਵੇਂ ਧੀਆ ਕੁਲਵਿੰਦਰ ਤੇ ਜਸਵਿੰਦਰ ਸਾਹਮਣੇ ਕੰਧ ਤੇ ਲੱਗੀ ਆਪਣੇ ਪਾਪਾ ਦੀ ਤਸਵੀਰ ਵੱਲ ਦੇਖਦੀਆਂ ਵਿਅਕਲ ਹੁੰਦੀਆਂ ਜਾ ਰਹੀਆਂ ਸੀ। ਪੂਰੇ 5 ਬਰੇ ਹੋ ਗਏ। ਦੋਹਾਂ ਨੂੰ ਆਪਣੇ ਪਾਪਾ ਨੂੰ ਮਿਲਿਆ। ਕ੍ਰਾਂਟੋ ਤੋਂ ਆਈ ਰਾਮਕੁਰ ਦੀ ਕੁੜਮਣੀ surjeet ramkur ਦੇ ਗਲ ਲੱਗੀ ਤਾਂ ਉਹਦੇ ਰੁਦਨ ਉਹਨੇ ਰੁਦਨ ਭਰੇ ਬੋਲਾਂ ਚ ਕਈ ਕੀਰਨੇ ਪਾਏ ਤੇ ਆਪਣੇ ਸੱਤਵਰੇ ਪਹਿਲਾਂ ਮਰ ਚੁੱਕੇ ਪਤੀ ਨੂੰ ਯਾਦ ਕੀਤਾ ਸਿਰੋਂ ਨੰਗੀਆਂ ਤੱਕ ਅੱਖਾਂ ਤੋਂ ਹਵਾਲੀਆਂ ਨਹੀਂ ਭੈਣੇ ਅਸੀਂ ਕੰਤਾਂ ਤੋਂ ਪਹਿਲਾਂ ਕਿਉਂ ਨਾ ਤੁਰੀਆਂ ਨਹੀਂ ਭੈਣੇ ਨੀ ਮੇਰੇ ਰਾਂਗਲੇ ਸੱਜਣ ਕਿਉਂ ਤੁਰ ਗਏ ਨਹੀਂ surjeet kaur maninder ਦੀ ਮਾਂ ਜੋ ਕਈ ਵਰੇ ਪਹਿਲਾਂ ਦੁਹਾਗਣ ਹੋ ਚੁੱਕੀ ਸੀ ਜਿਵੇਂ ਰਾਮ ਕਰ ਨੂੰ ਆਪਣੀ ਵਿਥਿਆ ਸੁਣਾ ਰਹੀ ਹੋਈ ਪਿੱਛੋਂ ਰਾਮਕੁਰ ਦੀ ਭੂਆ ਦੀ ਧੀ ਛਿੰਦਰੋ ਨੇ ਛੋਟੀ ਭੈਣ ਰਾਮਕੁਰ ਨੂੰ ਘੁੱਟ ਕੇ ਗਲ ਨਾਲ ਲਾਉਂਦਿਆਂ ਜਿਉਂ ਰੋਣਾ ਸ਼ੁਰੂ ਕੀਤਾ ਜੋ ਵੈਣ ਪਾਏ ਉਹਨਾਂ ਨੂੰ ਸੁਣ ਕੇ ਜਿਵੇਂ ਘਰ ਦੀਆਂ ਕੰਧਾਂ ਵੀ ਹਟਕੋਰੇ ਭਰਨ ਲੱਗ ਪਈਆਂ ਰਾਮਕੁਰ ਬਿੰਦ-ਬਿੰਦ ਵਿੱਚੋਂ ਬੇਹੋਸ਼ ਹੁੰਦੀ ਜਾ ਰਹੀ ਸੀ ਗੁਰਦੇਵਾਰ ਵੀਰ ਨੇ ਸਾਰਿਆਂ ਨੂੰ ਚੁੱਪ ਕਰਾਉਂਦਿਆਂ ਹੌਸਲਾ ਰੱਖਣ ਲਈ ਕਿਹਾ ਐਨੇ ਨੂੰ ਬਹੁ ਮਨਿੰਦਰ ਸਾਰਿਆਂ ਲਈ ਚਾਹ ਬਣਾ ਲਿਆਈ ਚਾਹ ਪਲੰਕੀ ਦੇ ਗਲੋਂ ਉਤਰਨੀ ਸੀ ਇਕ ਤਾਂ ਸਭ ਨੂੰ ਰਾਮ ਸਿੰਘੋਂ ਦੀ ਬੇਵਕਤ ਹੋਈ ਮੌਤ ਦਾ ਦੁੱਖ ਤੋਂ ਇੰਡੀਆ ਤੇ ਕੈਨੇਡਾ ਤੋਂ ਆਏ ਰਿਸ਼ਤੇਦਾਰਾਂ ਨੂੰ ਲੰਬੇ ਸਫ਼ਰ ਦੀ ਖੱਜਲ-ਖੁਆਰੀ ਨੇ ਥਕਾ ਮਾਰਿਆ ਸੀ। ਰਾਮਕੁਰ ਨੇ ਤਾਂ ਜਹਾਜ਼ ਜੀ ਆਣ ਦੇ ਭੋਰੇ ਨੂੰ ਮੂੰਹ ਨਹੀਂ ਸੀ ਲਾਇਆ ਬਥੇਰਾ ਦੋਵੇਂ ਕੁੜੀਆਂ ਮਾਂ ਦੇ ਹਾੜੇ ਕਢਦੀਆਂ ਰਹੀਆਂ ਪਰ ਨਾ ਉਹਨੇ ਸਿਵਾਏ ਜੂਸ ਦੀ ਘੁੱਟ ਤੋਂ ਹੋਰ ਕੋਈ ਵੀ ਚੀਜ਼ ਨਹੀਂ ਸੀ ਲਈ। ਗੁਰਦਿਆਲ ਵੀਰ ਵੱਡੇ ਭੈਣ ਮੋਰੀ ਲੇਲੜੀਆਂ ਕੱਢਦਾ ਉਹਨੂੰ ਬਾਰ-ਬਾਰ ਚਾਹ ਪੀਣ ਲਈ ਕਹਿ ਰਿਹਾ ਸੀ। ਪੰਡਾ ਪੀਲਨ ਨਾਲੇ ਪਾਰਟੇਟ ਵਿੱਚ ਆਨੰਦ ਆਪੋਰਾ ਤੇਰੇ ਨਾਲ ਕੁੜੀਆਂ ਤੇ ਚਰਨਜੀਤ ਵੀ ਖਾਏਗਾ ਅਜੇ ਤਾਂ ਔਖੀ ਘੜੀ ਸਿਰ ਤੇ ਪਈ ਐ ਭਾਵ ਕਰਿਮੇਸ਼ਨ ਤਾਂ ਅਜੇ ਕਰਨਾ ਬਾਕੀ ਸੀ ਚਾਹ ਪੀਂਦੇ ਆ ਮਾਮੇ ਨੇ ਭਾਂਜੇ ਨਾਲ ਕਰਿਮੇਸ਼ਨ ਵਾਲੇ ਦਿਨ ਦਾ ਸਾਮਾਨ ਨਿਸ਼ਚਿਤ ਕੀਤਾ ਜਿੰਨੀ ਛੇਤੀ ਹੋ ਸਕੇ ਕੰਮ ਕਰੀਏ ਆਖਰ ਤੱਕ ਕਰਨਾ ਹੀ ਪੈਣਾ ਨਾਲੇ ਮੋਰਚਰੀ ਦਾ 70 ਡਾਲਰ ਰੋਜ਼ ਦਾ ਕਿਰਾਇਆ ਵੀ ਤਾਂ ਪੈ ਰਿਹਾ 6 ਦਿਨ ਹੋ ਗਏ ਮਾਮੇ ਭਾਂਜੇ ਤੇ ਬੇਬੇ ਰਾਮਕੁਰ ਨੇ ਸ਼ਨੀਵਾਰ ਨੂੰ ਕਰਿਮੇਸ਼ਨ ਦਾ ਦਿਨ ਮਿਥਿਆ ਤੇ ਦੂਜੇ ਦਿਨ ਐਤਵਾਰ ਨੂੰ ਗੁਰਦੁਆਰੇ ਭੋਗ ਪਾਉਣ ਦਾ ਨਿਰਣਾ ਲਿਆ ਪਰ ਮਨਿੰਦਰ ਨੇ ਸਨੇਚਰਵਾਰ ਨੂੰ 3 ਵਜੇ ਭੋਗ ਪਾਉਣ ਦੀ ਸਲਾਹ ਦਿੱਤੀ ਜੋ ਸਿਰਚੋਕਾ ਕੇ ਸਾਰਿਆਂ ਨੇ ਮੰਨ ਲਈ ਤੇ ਹੁਣ ਅੱਜ ਸ਼ਾਮੀ ਮੋਰਚਰੀ ਜਾ ਕੇ ਰਾਮ ਸਿੰਘ ਦੀ ਤਸਵੀਰ ਤੇ ਕਫਨ ਦੇ ਕੱਪੜੇ ਮੋਰਚਰੀ ਚ ਪਹੁੰਚਾਣੇ ਸੀ ਮਾਮਾ ਜੀ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਆ ਪਪਾ ਜੀ ਦੇ ਦਰਸ਼ਨ ਕਰਨ ਬੇਬੇ ਵੀ ਜਾਣਾ ਚਾਹੁੰਦੀ ਹੈ ਛੋਟੀ ਕੁਲਵਿੰਦਰ ਭਾਵਨਾਵਾਂ ਚ ਬਹਿ ਰਹੀ ਸੀ ਕੰਟੇ ਦੇ ਵਿੱਚੋਂ ਪੰਜ ਜਣੇ ਇੰਡੀਆ ਤੋਂ ਕਫਨ ਲਈ ਲੈ ਆਂਦੇ ਕੱਪੜੇ ਤੇ ਸੀਸ ਤੇ ਸਜਾਉਣ ਲਈ ਪੱਗ ਲੈ ਕੇ ਮੋਰਚਰੀ ਪਹੁੰਚ ਗਏ ਜੋ ਟੈਂਪਾ ਤੇ ਸ਼ਰਮਨ ਵੀ ਦੇ ਕ੍ਰੋਸਿੰਗ ਕੋਲ ਸਥਿਤ ਸੀ। ਮਾਮੇ ਗੁਰਦਿਆਲ ਨੂੰ ਡਰ ਸੀ ਵੀ ਚਰਨਜੀਤ ਫੇਰ ਨਾ ਕਿਤੇ ਆਪਣੇ ਪਾਪਾ ਦੀ ਡੈੱਡ ਬੋਡੀ ਵੇਖ ਕੇ ਘਬਰਾ ਜਾਏ। ਅੱਗੇ ਮਸਾਂ ਸੰਭਲਿਆ ਪਰ ਹੋਰ ਕੌਣ ਲੈ ਕੇ ਜਾਂਦਾ? ਉਹਨਾਂ ਨੂੰ ਮੋਰਚਰੀ ਤੱਕ ਸਾਰੇ ਹੀ ਤਾਂ ਬਾਹਰੋਂ ਆਏ ਸੀ। ਚਰਨਜੀਤ ਦੇ ਦੋਸਤ ਮਿੱਤਰ ਵੀ ਇਸ ਵੇਲੇ ਆਪਣੇ ਆਪਣੇ ਕੰਮਾਂ 'ਚ ਰੁੱਝੇ ਹੋਏ ਸਨ ਇੱਥੇ ਅਮਰੀਕਾ 'ਚ ਲੋਕੀ ਸਿਰਫ ਸ਼ਨੀ ਐਤਵਾਰ ਨੂੰ ਹੀ ਕਿਸੇ ਦੇ ਦੁੱਖ ਸੁੱਖ 'ਚ ਸ਼ਾਮਲ ਹੁੰਦੇ ਹਨ ਨਹੀਂ ਤਾਂ ਜਿਵੇਂ ਲੋਕਾਂ ਨੂੰ ਕਮਾਕਾਰਾਂ ਤੋਂ ਸਹੀ ਤਰੀਕੇ ਨਾਲ ਰੋਟੀ ਖਾਣ ਦੀ ਵੀ ਵੇਲ ਨਹੀਂ ਮਿਲਦੀ ਚਰਨਜੀਤ ਦੇ ਕਾਰਨ ਹੁਣ ਮਾਵਾ ਗੁਰਦਿਆਲ ਚਲਾ ਰਿਹਾ ਸੀ ਚਰਨਜੀਤ ਤਾਂ ਉਹਦੇ ਨਾਲ ਬੈਠਾ ਉਹਨੂੰ ਰਸਤਾ ਹੀ ਦੱਸ ਰਿਹਾ ਸੀ ਪਿੱਛੇ ਬੈਠੀਆਂ ਤਿੰਨੇ ਮਾਵਾਂ ਧੀਆਂ ਦੇ ਚਿਹਰੇ ਆਉਣ ਵਾਲੀ ਘੜੀ ਦੇ ਕਹਿਰ ਤੋਂ ਡਰਦੇ ਆਂ ਪੀਲੇ ਜ਼ਰਦ ਹੁੰਦੇ ਜਾ ਰਹੇ ਸਨ ਚਰਨਜੀਤ ਵੀ ਜਿਵੇਂ ਆਪਣੇ ਪਾਪਾ ਦੀ ਡੈੱਡ ਬੋਡੀ ਦੇ ਖੌਫ ਤੋਂ ਕੰਬਰਾ ਰਿਹਾ ਸੀ ਗੱਡੀ ਮਿੰਟਾਂ ਚੀ ਟੈਂਪਾ ਤੇ ਸ਼ਰਮਨਵੇਦ ਦੇ ਸਥਿਤ ਮਾਰਚਰੀ ਚ ਪਹੁੰਚ ਗਈ ਗੁਰਦਿਆਲ ਮਾਮੇ ਨੇ ਭੈਣ ਰਾਮਕੌਰ ਦੇ ਹੱਥੋਂ ਕੱਪੜੇ ਫੜ ਲਏ ਜੋ ਪਹਿਲਾਂ ਹੀ ਕਫਨ ਲਈ ਕੈਨੇਡਾ ਤੋਂ ਲੈ ਕੇ ਆਇਆ ਸੀ ਤੇ ਉਹ ਹਿੰਮਤ ਕਰਕੇ ਸਭ ਤੋਂ ਮੋਰੇ ਮੋਰੇ ਤੁਰਨ ਲੱਗਿਆ ਉਹਦੇ ਪਿੱਛੇ ਚਰਨਜੀਤ ਦੋਵੇਂ ਭੈਣਾਂ ਤੇ ਰਾਮਕੁਰ ਹੰਜੂਆਂ ਦਾ ਹੜ੍ਹ ਚੁੰਨੀ ਦੇ ਪੱਲੇ ਨਾਲ ਰੋਕਦੀ ਤੁਰ ਰਹੀ ਸੀ ਅੰਦਰ ਲੰਘਦਿਆਂ ਹੀ ਰਿਸੈਪਸ਼ਨ ਤੇ ਬੈਠੀ ਕੁੜੀ ਨੇ 5 ਨੰਬਰ ਕਮਰੇ ਵੱਲ ਇਸ਼ਾਰਾ ਕੀਤਾ ਹੌਲੀ-ਹੌਲੀ ਸਹਿਮੇ ਕਦਮ ਲਈ ਇੱਕ-ਇੱਕ ਕਰਕੇ ਪੰਜੇ ਜਣੇ ਅੰਦਰ ਲੰਘੇ RAM ਸਿੰਘ ਦੀ ਬੋਡੀ ਦੇ ਸਾਹਮਣੇ ਸਿਰ ਝੁਕਾ ਕੇ ਖੜੇ ਆਦਮੀ ਨੇ ਆਪਣੇ ਸਿਰ ਤੋਂ ਕਾਲੀ ਟੋਪੀ उतारी ਡੈੱਡ ਬੋਡੀ ਦੇ ਮੂੰਹ ਤੋਂ ਕਪੜਾ ਹਟਾਤਾ ਦੇਖਦਿਆਂ ਸਾਰ RAM ਕੌਰ ਦੀ ភੁੱਬ ਨਿਕਲ ਗਈ ਦੋਵੇਂ ਕੁੜੀਆਂ ਦੇ ਅਥਰੂ ਵੀ ਕੜ ਪਾੜ ਕੇ ਵਹਿ ਤੁਰੇ ਚਰਨਜੀਤ ਚੁੱਪ ਦਾ ਚੁੱਪ ਪੱਥਰ ਬਣਿਆ ਆਪਣੇ ਮਾਮੇ ਕੋਲ ਖੜਾ ਸੀ ਗੁਰਦਿਆਲ ਨੇ ਸਾਫ ਸੁਥਰੇ ਸਫੈਦ ਚਾਦਰੇ ਚ ਲਪਟੀ ਰਾਮ ਸਿੰਘ ਦੀ ਬੋਡੀ ਨੂੰ ਚੰਗੀ ਤਰ੍ਹਾਂ ਹੱਥ ਲਾ ਕੇ ਵੇਖਿਆ ਉਹਨੂੰ ਲੱਗਿਆ ਜਿਵੇਂ ਉਹਦਾ ਸਾਰਾ ਮ੍ਰਿਤਕ ਸਰੀਰ ਪੱਥਰ ਬਣਿਆ ਪਿਆ ਹੋਵੇ ਫਿਰ ਬੈੱਡ ਤੋਂ ਹੇਠਾਂ ਲਟਕਦੇ ਲੰਬੇ ਕੇਸਾਂ ਦਾ ਉਹਨੇ ਜੂڑا ਬਣਾਇਆ ਰਾਮ ਕੌਰ ਵੀ ਪਤੀ ਦੇ ਲੰਬੇ ਕੇਸਾਂ ਨੂੰ ਹੱਥਾਂ ਨਾਲ ਸਵਾਰਨ ਲੱਗੀ ਚਰਨਜੀਤ ਜੋ ਜਿਵੇਂ ਸਭ ਕੁਝ ਦੇਖਿਆ ਨਹੀਂ ਸੀ ਜਾ ਰਿਹਾ ਦੋਵਾਂ ਭੈਣਾਂ ਉਹਨੂੰ ਫੜ ਕੇ ਕਮਰੇ ਚੋਂ ਬਾਹਰ ਲੈ ਆਈਆਂ 체티 구르디알 싱 ਤੇ ਰਾਮਕੌਰ ਦੋਵੇਂ ਭੈਣ ਭਾਈ ਵੀ ਬਾਹਰ ਆ ਗਏ ਤੇ ਕਾਊਂਟਰ ਤੇ ਬੈਠੀ ਕੁੜੀ ਨਾਲ ਕੁਝ ਗੱਲ ਕਰਨ ਚ ਰੁੱਝ ਗਏ ਰਿਸੈਪਸ਼ਨ ਕਾਊਂਟਰ ਉੱਤੇ ਡਿਊਟੀ ਦੇ ਰੀ ਕੁੜੀ ਨੇ ਕੱਪੜਿਆਂ ਦੇ ਨਾਲ ਗੁਰਦਿਆਲ ਸਿੰਘ ਤੋਂ ਰਾਮ ਸਿੰਘ ਦੀ ਇੱਕ ਤਸਵੀਰ ਵੀ ਮੰਗੀ ਕਿਉਂਕਿ ਉਸ ਤਸਵੀਰ ਅਨੁਸਾਰ ਹੀ ਕੱਲ ਨੂੰ ਭਾਉ ਸਨੇਚਰਵਾਰ ਸਵੇਰੇ ਕ੍ਰੀਮੇਸ਼ਨ ਤੋਂ ਪਹਿਲਾਂ ਉਹਨਾਂ ਨੇ ਖੁਦ ਉਹਦੀ ਬਾਡੀ ਨੂੰ ਤਿਆਰ ਕਰਨਾ ਸੀ ਪਰ ਪੱਗ ਬੰਨਣੀ ਮੋਰਚਰੀ ਵਾਲਿਆਂ ਦੇ ਵਾਸਤੇ ਗੱਲ ਨਹੀਂ ਸੀ ਇਸ ਕਰਕੇ ਦੂਜੇ ਦਿਨ ਇਸ ਕੰਮ ਲਈ ਉਹਨਾਂ ਨੇ ਗੁਰਦਿਆਲ ਸਿੰਘ ਨੂੰ ਇੱਕ ਘੰਟਾ ਪਹਿਲਾਂ ਮੋਰਚਰੀ ਆਉਣ ਲਈ ਕਿਹਾ ਫਿਰ ਉਸ ਕੁੜੀ ਨੇ ਇੱਕ ਹੋਰ ਵਰਕਰ ਨੂੰ ਬੁਲਾ ਕੇ ਉਸ ਨਾਲ ਉਹਨਾਂ ਸਾਰਿਆਂ ਨੂੰ ਇੱਕ ਵੱਡੇ ਸਾਰੇ ਕਮਰੇ 'ਚ ਕਫਨ ਭਾਵਰਾਮ ਸਿੰਘ ਦੀ ਬਾਡੀ ਲਈ ਇੱਕ ਬਾਕਸ ਸਿਲੈਕਟ ਕਰਨ ਵਾਸਤੇ ਕਫਨ ਭਾਵਰਾਮ ਸਿੰਘ ਦੀ ਬਾਡੀ ਲਈ ਇੱਕ ਬਾਕਸ ਸਿਲੈਕਟ ਕਰਨ ਵਾਸਤੇ ਭੇਜ ਦਿੱਤਾ ਇਸ ਵੱਡੇ ਸਾਰੇ ਹਾਲ ਕਮਰੇ 'ਚ ਬਹੁਤ ਸਾਰੇ ਬਕਸੇ ਪਏ ਸੀ ਜਿਨ੍ਹਾਂ 'ਤੇ ਅਲੱਗ-ਅਲੱਗ ਕੀਮਤਾਂ ਲਿਖੀਆਂ ਸੀ 100 ਡਾਲਰ, 250 ਡਾਲਰ, 500 ਡਾਲਰ ਅੱਗੇ ਤੋਂ ਅੱਗੇ 20000 ਡਾਲਰ ਤੱਕ ਦੇ ਬਕਸੇ ਉੱਥੇ ਪਏ ਸੀ ਚਰਨਜੀਤ ਤੇ ਗੁਰਦੇਵਾਲ ਮਾਮੇ ਨੇ ਇੱਕ ਇੱਕ ਕਰਕੇ ਸਾਰੇ ਬਕਸਿਆਂ ਤੇ ਨਜ਼ਰ ਫੇਰੀ ਆਖਰ 500 ਡਾਲਰ ਵਾਲੇ ਬਕਸੇ ਕੋਲਾ ਕੇ ਰੁਕ ਗਏ ਸਜਰੇ ਫੁੱਲਾਂ ਨਾਲ ਸਜਾਇਆ ਜਾਣਾ ਸੀ ਇਹ ਬਕਸਾ ਤੇ ਕੱਲ ਨੂੰ ਤੇ ਇਸ ਲਈ ਸਾਰਿਆਂ ਨੂੰ ਇਹੀ ਠੀਕ ਲੱਗਿਆ ਜਿਹਦੇ ਪੈਸੇ ਗੁਰਦੇਵਾਲ ਮਾਮੇ ਨੇ ਹੀ ਦੇਣੇ ਸਨ। ਰਾਮ ਸਿੰਘ ਦਾ ਸਾਰਾ ਲੈਣਾ ਦੇਣਾ ਮੁੱਕ ਰਿਹਾ ਸੀ ਰਿਸ਼ਤੇਦਾਰਾਂ ਤੇ ਘਰਦਿਆਂ ਨਾਲ। ਕੱਲ ਯਾਨੀ ਸ਼ਨੀਵਾਰ ਵਾਲੇ ਦਿਨ ਸਵੇਰੇ 12 ਵਜੇ ਸੰਸਕਾਰ ਹੋਣਾ ਸੀ। ਫਿਰ ਉੱਥੋਂ ਹੀ ਸਿੱਦੇ ਲੈਂਕਰ ਸਿਮ ਗੁਰਦੁਆਰੇ 'ਚ ਜਾ ਕੇ ਦਿਨ ਦੇ 3 ਵਜੇ ਭੋਗ ਪਾਉਣ ਦੀ ਰਸਮ ਕਰਨੀ ਸੀ। ਜਿਸ ਲਈ ਪਹਿਲਾਂ ਤੋਂ ਹੀ ਪਾਠ ਰਖਵਾਇਆ ਜਾ ਚੁੱਕਿਆ ਸੀ। ਅਖਰੋ ਚੰਦਰੀ ਘੜੀਆ ਪਹੁੰਚੀ ਭਾਵ ਪ੍ਰਮਿਸ਼ਨ ਦਾ ਦਿਨ। ਰਾਮ ਸਿੰਘ ਦੀ ਬੋਡੀ ਵਾਲੀ ਐਂਬੂਲੈਂਸ ਦੇ ਮੂਰੇ ਦੋ ਬੋਡੀਗਾਰਡ ਆਪਣੇ ਆਪਣੇ ਮੋਟਰਸਾਈਕਲਾਂ ਤੇ ਕਾਲੇ ਕੱਪੜਿਆਂ 'ਚ ਸਵਾਰ ਸਨ। ਬਾਕੀ ਰਿਸ਼ਤੇਦਾਰ ਤੇ ਦੋਸਤ-ਸਮੇਤਰ ਆਪਣੀਆਂ-ਆਪਣੀਆਂ ਕਾਰਾਂ 'ላይ ਸਿੱਧੇ ਆਪਣੇ ਘਰਾਂ ਤੋਂ ਹੀ ਕਰਮੇਸ਼ਨ ਵਾਲੀ ਥਾਂ ਤੇ ਪਹੁੰਚ ਰਹੇ ਸਨ। ਬਸ ਮਨਿੰਦਰ ਕੌਰ ਦੀਆਂ ਦੋ ਸਹੇਲੀਆਂ ਤੇ ਮਾਸੀ ਛਿੰਦਰੋ ਉਹਦੀ ਕਾਰ 'ਚ ਸੁਰਜੀਤ ਕੌਰ ਨਾਲ ਸਨ। ਚਰਨਜੀਤ ਬੇਬੇ, ਰਾਮਕੌਰ ਦੋਵੇਂ ਕੁੜੀਆਂ ਤੇ ਗੁਰਦੇਵਾਲ मामा ਵੱਡੀ ਗੱਡੀ 'ਚ ਘਰੋਂ ਇਕੱਠੇ ਚੱਲੇ ਸਨ। ਕ੍ਰੀਮੇਸ਼ਨ ਗਰਾਊਂਡਸ ਫੁੱਲ ਬੂਟੇ ਜਿਵੇਂ ਬਹੁਤ ਉਦਾਸ ਦਿਖਾਈ ਦੇ ਰਹੇ ਸਨ ਦੋਸਤਾਂ ਮਿੱਤਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਮ ਸਿੰਘਾਂ ਦੀ ਡੈੱਡ ਬੋਡੀ ਫੁੱਲਾਂ ਨਾਲ ਸਜਾਈ ਹੋਈ ਕ੍ਰੀਮੇਸ਼ਨ ਬਿਲਡਿੰਗ ਦੇ ਖਾਲ ਕਮਰੇ 'ਚ ਇੱਕ ਖਾਸ ਬਣੀ ਥਾਂ ਤੇ ਲੱਕੜ ਦੇ ਬਕਸੇ 'ਚ ਰੱਖ ਦਿੱਤੀ ਗਈ ਸੀ ਘਰਦਿਆਂ ਦੇ ਪਹੁੰਚਣ ਤੋਂ ਕੁਝ ਚਿਰ ਪਹਿਲਾਂ ਤੋਂ ਹੀ ਉੱਥੇ ਪਹੁੰਚੇ ਗੁਰਦੁਆਰੇ ਦੇ ਭਾਈ ਮਲਕੀਤ ਸਿੰਘ ਨੇ ਅਰਦਾਸ ਕੀਤੀ ਵਿਛੜੀ ਆਤਮਾ ਨੂੰ ਸਤਿਗੁਰ ਦੇ ਚਰਨਾਂ 'ਚ ਨਿਵਾਸ ਕਰਨ ਦੀ ਅਸੀਸ ਦੇਣ ਵਿੱਚੋਂ ਸਾਰਿਆਂ ਨੂੰ ਦਰਸ਼ਨਾਂ ਲਈ ਲਾਈਨਾਂ ਚਾਉਣ ਲਈ ਗਿਆ ਪਿਛਲੇ 7 ਦਿਨਾਂ ਤੋਂ ਘਰ 'ਚ ਚਰਨਜੀਤ ਦੇ ਦੋਸਤ ਬਿੱਲੂ ਤੋਂ ਬਿਨਾ ਕੋਈ ਹੋਰ ਇੱਕ ਵੀ ਬੰਦਾ ਘਰ ਨਹੀਂ ਸੀ ਆਇਆ ਪਰ ਅੱਜ ਜਿਵੇਂ ਪਾਰਕਿੰਗ 'ਚ ਗੱਡੀਆਂ ਖੜੀਆਂ ਕਰਨ ਲਈ ਭੋਰਾ ਥਾਂ ਬਾਕੀ ਨਹੀਂ ਸੀ ਬਚੀ ਸਭ ਤੋਂ ਪਹਿਲਾਂ ਰਾਮਕੌਰ ਪੁੱਤ ਦੀ ਮਾਂ ਦਾ ਸਹਾਰਾ ਲੈ ਕੇ ਪਤੀ ਦੇ ਆਖਰੀ ਦਰਸ਼ਨਾਂ ਲਈ ਅੱਗੇ ਵਧੀ ਉਹਨੇ ਪਤੀ ਦੇ ਪੈਰਾਂ ਤੇ ਮੱਥਾ ਟੇਕਿਆ ਇਹਦੇ ਨਾਲ ਹੀ ਉਧੇ ਉੱਚੀ ਸਾਰੀ ਪੂਬ ਨਿਕਲ ਗਈ ਪਰ ਪੁੱਤ ਚਰਨਜੀਤ ਨੂੰ ਦਿਲਾਸਾ ਦਿੰਦੀ ਫੁੱਲ ਪੱਤੀਆਂ ਦੀ ਭਰੀ ਮੁਠੀ ਪਤੀ ਦੀ ਮਿਰਤਕ ਦੇਹ ਤੇ ਰੱਖਦੀ ਅੱਗੇ ਨੂੰ ਹੋਵੇ ਚਰਨਜੀਤ ਨੇ ਆਪਣੇ ਪਾਪਾ ਦੇ ਮਿਰਤਕ ਹੱਥਾਂ ਨੂੰ ਆਪਣੇ ਹੱਥਾਂ 'ਚ ਘੁੱਟਿਆ ਭਰੇ ਦਿਲ ਨਾਲ ਵਿਅਕਲ ਹੁੰਦਾ ਦੋਹਾਂ ਪੈਰਾਂ ਤੋਂ ਅੱਗੇ-ਅੱਗੇ ਹੋ ਤੁਰਿਆ ਹੁਣ ਅਭੀ ਰੰਗ ਦੀ ਪੱਗ ਚਿੱਟੀ ਦੁੱਧ ਕਮੀਜ਼ ਚੋਂ ਉਹਨੂੰ ਲੱਗਿਆ ਜਿਵੇਂ ਉਹਦਾ ਪਾਪਾ ਹੁਣੇ ਉੱਠ ਖੜਾ ਹੋਏਗਾ ਪਰ ਇਹ ਸਭ ਤਾਂ ਉਹਦੇ ਮਨ ਦਾ ਭਰਮ ਸੀ ਸਾਰੇ ਮਿੱਤਰ ਸਨੀਆਂ ਨੇ ਵਾਰੀ-ਵਾਰੀ RAMSAYON ਦੀ ਬੋਡੀ ਕੋਲੋਂ ਲੰਘਦੇ ਆ ਉਹਦੇ ਆਖਰੀ ਦਰਸ਼ਨ ਕੀਤੇ ਝਾਟੀ ਪਿੱਛੋਂ ਬਕਸੇ ਨੂੰ ਅਲੱਗ ਕਰ ਬੋਡੀ ਨੂੰ ਬਿਜਲੀ ਦੀ ਪੱਟੀ 'ਚ ਧੱਕ ਦਿੱਤਾ ਗਿਆ ਤੇ ਚਰਨਜੀਤ ਨੂੰ ਬਿਜਲੀ ਦਾ ਸਵਿੱਚ ਦਬਾਉਣ ਲਈ ਗਿਆ ਹੁਣ ਸਾਰੇ ਪਾਸੇ ਇੱਕ ਸਨਾਂਟਾ ਛਾ ਗਿਆ ਹਰ ਅੱਖ ਨਮ ਦਿਸ ਰਹੀ ਸੀ ਸਾਰੇ ਵਾਤਾਵਰਨ 'ਚ ਮੌਤ ਦਾ ਭੈ ਪਸਰਿਆ ਸੀ ਕਈ ਰਿਸ਼ਤੇਦਾਰ ਵੀ ਫੁੱਟ-ਫੁੱਟ ਕੇ ਰੋ ਰਹੇ ਸਨ ਕੋਈ ਅੱਖ ਐਸੀ ਨਹੀਂ ਸੀ ਜੋ ਨਮ ਨਾ ਹੋਈ ਹੋਵੇ ਗੁਰਦੇਵਾਲ ਸਿੰਘ ਨੇ ਰਾਮਕਰ ਨੂੰ ਸਹਾਰਾ ਦਿੰਦੇ ਆ ਕ੍ਰਿਮੇਸ਼ਨ ਉੱਤੇ ਆਏ ਸਾਰੇ ਵੀਰਾਂ ਭੈਣਾਂ ਨੂੰ ਲੈ ਕੇ ਸਿਮ ਗੁਰਦੁਆਰੇ ਪਹੁੰਚਣ ਲਈ ਬੇਨਤੀ ਕੀਤੀ ਜਿੱਥੇ ਰਾਮ ਸਿੰਘ ਦੀ ਆਤਮਾ ਲਈ ਅੰਤਿਮ ਅਰਦਾਸ ਕੀਤੀ ਜਾਣੀ ਸੀ ਭੋਗ ਪਾਣ ਪਿਛੋਂ ਚਰਨਜੀਤ ਲਈ ਪਗੜੀ ਦੀ ਰਸਮ ਵੀ ਉੱਥੇ ਹੀ ਹੋਣੀ ਸੀ ਗੁਰਦੁਆਰੇ ਪਹੁੰਚੇ ਤਾਂ ਲੰਗਰ ਪਹਿਲਾਂ ਹੀ ਸੇਵਾਦਾਰਾਂ ਨੇ ਤਿਆਰ ਕਰ ਰੱਖਿਆ ਸੀ ਆਈ ਸੰਗਤ ਨੂੰ ਪਹਿਲਾਂ ਲੰਗਰ ਛਕਣ ਲਈ ਬੇਨਤੀ ਕੀਤੀ ਗਈ ਫਿਰ ਹੌਲੀ-ਹੌਲੀ ਸਾਰੇ ਇੱਕ ਵੱਡੇ ਹਾਲ 'ਚ ਆ ਗਏ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲ ਰਿਹਾ ਸੀ ਚਰਨਜੀਤ ਉਹਦੇ ਸਾਥ ਤੇ ਉਹਦੀਆਂ ਦੋਵੇਂ ਭੈਣਾਂ ਤੇ ਮਨਿੰਦਰ ਕੌਰ ਪਹਿਲਾਂ ਤੋਂ ਹੀ ਹਾਲ 'ਚ ਹਾਜ਼ਰ ਸੀ ਬੇਬੇ ਰਾਮਕੌਰ ਕੱਲੀ ਪਰੰਖੂਂਝੇ 'ਚ ਬੈਠੀ ਗਮਸਮ ਸੀ ਹੌਲੀ-ਹੌਲੀ ਲੋਕੀ ਜੁੜਦੇ ਗਏ ਨੌਵੀਂ ਪਾਠਸ਼ਾਈ ਦੇ ਸ਼ਲੋਕਾਂ ਪਿਛੇ ਅਨੰਦ ਸਾਹਿਬ ਪੜਿਆ ਤੇ ਭਾਈ ਜੀ ਨੇ ਰਾਮ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਪ੍ਰਸ਼ਾਦ ਵਰਤੋਂ ਦੇ ਵਿੱਚੋਂ ਗੁਰਦੇਵਾਲ ਸਿੰਘ ਨੇ ਰਿਸ਼ਤੇਦਾਰ ਤੇ ਭੈਣ ਭਾਈਆਂ ਨੂੰ ਬੇਨਤੀ ਕੀਤੀ ਕਿ ਚਰਨਜੀਤ ਸਿੰਘ ਨੂੰ ਮਿਲ ਕੇ ਇਹ ਹੀ ਅਸੀਸ ਦੇਣ ਕਿ RAM ਸਿੰਘ ਦੇ ਵਿੱਚੋਂ ਉਹਦੀ ਥਾਂ ਮਾ RAMਕੁਰ ਸਮੇਤ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲ ਸਕੇ ਰੁਪਏ ਪੈਸੇ ਉਹਦੀ ਝੋਲੀ 'ਚ ਪਾਉਣ ਨਾਲੋਂ ਬਿਹਤਰ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾਣ ਖਾਸ ਕਰਕੇ ਬੇਬੇ RAMਕੁਰ ਦੀ ਟਲ ਦੀ ਅਵਸਥਾ 'ਚ ਉਹਦਾ ਪੂਰਾ ਪੂਰਾ ਧਿਆਨ ਦਿੱਤਾ ਜਾਵੇ ਹੁੰਦਾ ਦੂਆਂ ਭੈਣਾ ਨੇ ਵੀ ਉਸੇ ਦਾ ਮੂੰਹ ਦੇਖ ਕੇ ਹੀ ਜਿਉਣਾ ਤੇ ਜਦੋਂ ਗੁਰਦਿਆਲ ਸਿੰਘ ਨੇ ਸੰਗਤ ਅੱਗੇ ਬੇਨਤੀ ਕੀਤੀ ਸਭ ਨੇ ਆਪਣੇ ਹੱਥਾਂ 'ਚ ਫੜੇ ਡਾਲਰ ਆਪਣੀ ਆਪਣੀ ਜੇਬ 'ਚ ਰੱਖ ਲਏ ਫਿਰ ਗੁਰਦਿਆਲ ਮਾਮੇ ਨੇ ਆਪਣੇ ਨਾਲ ਕੈਨੇਡਾ ਤੋਂ ਲਿਆਂਦੀ ਪੱਗ ਆਪਣੇ ਹੱਥੀ ਚਰਨਜੀਤ ਦੇ ਸੀਸ ਤੇ ਸਜਾਈ ਮਾਮੇ ਪਿੱਛੋਂ ਚਰਨਜੀਤ ਦੀ ਸੱਸੁਰਜੀਤ ਕੌਰ ਹਲੋਂ ਟ੍ਰਾਂਟੋ ਤੋਂ ਲਿਆਂਦੇ ਕੱਪੜਿਆਂ ਦੇ ਕਈ ਜੋੜੇ ਮਨਿੰਦਰ ਨੇ ਉਹ ਮਾਮੇ ਗੁਰਦਿਆਲ ਤੇ ਬੇਬੇ ਰਾਮਕੌਰ ਮੂਰੇ ਕਲੇਂਤੇ ਸਜਾ ਦਿੱਤੇ ਜਿਵੇਂ ਕੋਈ ਨਾਨਕੀ ਛੱਕ ਲੈਂਦੀ ਹੋਵੇ ਮਾਂਜੀ ਇਹ ਹੈ ਚਰਨਜੀਤ ਦਾ ਸੋਨੇ ਦਾ ਕੜਾ ਮੇਰੀ ਮੰਮੀ ਲਿਆਈ ਹੈ ਇਹ ਸੋਨੇ ਦੀ ਛਾਪ ਤੁਹਾਡਾ ਜੋੜਾ ਮੇਰਾ ਸੂਟ ਚਰਨਜੀਤ ਲਈ ਪੈਂਟ ਕਮੀਜ਼ ਮਨਿੰਦਰ ਨੇ ਹਾਲਚ ਬੈਠੇ ਲੋਕਾਂ ਨੂੰ ਦਿਖਾ ਦਿਖਾ ਬੇਬੇ ਰਾਮਕੌਰ ਦੇ ਮੂਰੇ ਰੱਖਤੀ ਇਹ ਸਭ ਦੇਖ ਜਸਵਿੰਦਰ ਤੇ ਕੁਲਵਿੰਦਰ ਦੋਵੇਂ ਭੈਣਾ ਫੁੱਟ ਫੁੱਟ ਕੇ ਰੋਣ ਲੱਗ ਪਈਆਂ ਬੇਬੇ ਰਾਮਕੌਰ ਨਾ ਰੋ ਰਹੀ ਸੀ ਨਾ ਮੂਰੇ ਪਈਆਂ ਚੀਜ਼ਾਂ ਵੱਲ ਦੇਖ ਰਹੀ ਸੀ ਮਨਿੰਦਰ ਦਾ ਪਤੀਰਾ ਦੇਖ ਚਰਨਜੀਤ ਪਰੇਸ਼ਾਨ ਸੀ ਇਹ ਭਲਾ ਕੋਈ ਖੁਸ਼ੀ ਦਾ ਸਮਾਂ ਸੀ ਜਦ ਤੂੰ ਆਪਣੇ ਹੌਮੇ ਦਾ ਦਿਖਾਵਾ ਕਰ ਰਹੀ ਹੈ ਉਹਨੇ ਹੌਲੀ ਜਿਵੇਂ ਮਨਿੰਦਰ ਨੂੰ ਕਿਹਾ ਇਹ ਸਭ ਘਰ ਜਾ ਕੇ ਕਰ ਲੈਣਾ ਸੀ ਇੱਥੇ ਗੁਰਦੁਆਰੇ ਅਸੀਂ ਅੰਤਿਮ ਅਰਦਾਸ ਕਰਨ ਲਈ ਜੁੜੇ ਹ ਚਰਨਜੀਤ ਵੱਲ ਭੁੱਲ ਜੇ ਢੇਰ ਦੀ ਮਨਿੰਦਰ ਨੇ ਜਿਸ ਅਟੈਚੀ ਚੋਂ ਇਹ ਨਿੱਕ ਸੁੱਕ ਦੇ ਕੱਪੜੇ ਕੱਢੇ ਸੀ ਮੜ ਗੁੱਸੇ ਜੇ ਨਾਲ ਉਸੇ ਚ ਰੱਖ ਦਿੱਤੇ ਹੁਣ ਚਰਨਜੀਤ ਦੋਵੇਂ ਭੈਣਾਂ ਮਮਾਂ ਗੁਰਦੇਵਾਲ ਤੇ ਮਾਸੀ ਚਿੰਦਰੋ ਸਾਰੇ ਗੁਰਦੁਆਰੇ ਦੇ ਬਾਹਰਲੇ ਬੂਹੇ 'ਚ ਹੱਥ ਜੋੜੇ ਖੜੇ ਗੁਰਦੁਆਰੇ ਆਏ ਸਕੇ ਸਬੰਧੀਆਂ ਤੇ ਹੋਰ ਸਾਰੇ ਮਿੱਤਰਾਂ ਸੰਨੀਆਂ ਦਾ ਧੰਨਵਾਦ ਕਰ ਰਹੇ ਸਨ ਪਰ ਮਨਿੰਦਰ ਉੱਥੇ ਉਹਨਾਂ ਨਾਲ ਨਹੀਂ ਸੀ ਖੜੀ ਹੋਈ ਧੰਨਵਾਦ ਚਲ